स्टूडेंट्स वेलकम टुडे वी विल डिस्कस द डिफरेंस बिटवीन फॉर्मल एंड फंक्शनल ग्रामर ਜਦੋਂ ਤੁਸੀਂ ਕਿਸੇ ਵੀ ਦੋ ਤੁਹਾਨੂੰ ਚੀਜ਼ਾਂ ਦਿੱਤੀਆਂ ਦੋ ਟਾਪਿਕ ਦਿੱਤੇ ਆ ਉਹਦਾਂ ਦੇ ਵਿੱਚ ਡਿਫਰੈਂਸ਼ੀਏਟ ਕਰਨਾ ਤਾਂ ਤੁਸੀਂ ਦੋ ਜਿਹੜੇ ਕਾਲਮ ਨੇ ਉਹ ਬਣਾ ਲੈਣੇ ਜਿਵੇਂ ਇਹਦੇ ਵਿੱਚ ਸਾਡੇ ਕੋਲ ਦੋ ਟਾਪਿਕ ਨੇ ਫਾਰਮਲ ਗ੍ਰਾਮਰ ਤੇ ਫੰਕਸ਼ਨਲ ਗ੍ਰਾਮਰ ਤਾਂ ਇੱਕ ਸਾਈਡ ਤੁਸੀਂ ਫਾਰਮਲ ਬਾਰੇ ਲਿਖਦੇ ਜਾਣਾ ਤੇ ਦੂਸਰੀ ਸਾਈਡ ਫੰਕਸ਼ਨਲ ਬਾਰੇ ਫਸਟ ਇਹਦੇ ਚ ਜਿਹੜੀ ਫਾਰਮਲ ਗ੍ਰਾਮਰ ਹੈ ਦ ਸਟੂਡੈਂਟਸ ਆਰ ਟੋਟ ਈਚ ਐਂਡ ਐਵਰੀ ਰੂਲ ਰਿਲੇਟਡ ਟੂ ਗ੍ਰਾਮਰ ਵੈਦਰ ਯੂਸਫੁਲ অর ਨਾਟ ਮੀਨ ਜਿਹੜੀ ਫਾਰਮਲ ਗ੍ਰਾਮਰ ਹੁੰਦੀ ਹੈ ਇਹਦੇ ਵਿੱਚ ਬੱਚੇ ਨੂੰ ਸਾਰੇ ਜਿਹੜੇ ਰੂਲਸ ਹੁੰਦੇ ਨੇ ਗ੍ਰਾਮਰ ਦੇ ਨਾਲ ਰਿਲੇਟਡ ਭਾਵੇਂ ਉਹ ਇੰਪੋਰਟੈਂਟ ਹੈਗੇ ਆ ਨਹੀਂ ਹੈਗੇ ਇਹ ਪੜ੍ਹਾਏ ਜਾਂਦੇ ਆ ਜਿਹੜੀ ਫੰਕਸ਼ਨਲ ਗ੍ਰਾਮਰ ਆ ਦੇ ਵਿੱਚ ਹਰ ਸਟੂਡੈਂਟਸ ਆਰ ਟੋਟ ਓਨਲੀ ਯੂਸਫੁਲ ਸੈਂਟੈਂਸਸ ਪੈਟਰਨਸ ਨਾਥਿੰਗ ਮੋਰ ਦੈਟ ਮੇਰੇ ਦੋ ਚੀਜ਼ ਇੰਪੋਰਟੈਂਟ ਹੈ ਉਹ ਫੰਕਸ਼ਨਲ ਗ੍ਰਾਮਰ ਦੇ ਵਿੱਚ ਦੱਸੀ ਜਾਂਦੀ ਹੈ ਇਟ ਇਜ਼ ਆਲਸੋ ਨੋਨ ਐਸ ਟਰੈਡੀਸ਼ਨਲ অর ਥਿਓਰੈਟਿਕਲ ਗ੍ਰਾਮਰ ਹੁਣ ਇੱਕ ਪੁਰਾਣਾ ਤੇ ਜਿਹੜਾ ਥਿਓਰੈਟਿਕਲ ਗ੍ਰਾਮਰ ਦੇ ਨਾਂ ਨਾਲ ਵੀ ਇਹਨੂੰ ਜਾਣਿਆ ਜਾਂਦਾ ਹੈ ਫਾਰਮਲ ਗ੍ਰਾਮਰ ਨੂੰ ਇਟਸ ਨੋਨ ਐਸ ਡਿਸਕ੍ਰਿਪਟਿਵ ਗ੍ਰਾਮਰ ਇਟ ਡਸ ਨਾਟ ਟੇਕ ਇਨਟੂ ਅਕਾਊਂਟ ਦਾ ਫੰਕਸ਼ਨਲ ਯੂਟਿਲਿਟੀ ਮਿੰ ਇਹਦੇ ਵਿੱਚ ਜਿਹੜੀ ਫੰਕਸ਼ਨਲ ਯੂਟਿਲਿਟੀ ਹੈ ਉਹ ਇਟ ਡਸ ਨੋਟ ਟੇਕ ਇਨਟੂ ਅਕਾਊਂਟ ਮਤਲਬ ਇਹਨੂੰ ਇਹਦੇ ਵਿੱਚ ਬਹੁਤਾ ਨਹੀਂ ਲਿਆ ਜਾਂਦਾ ਹੇਅਰ ਓਨਲੀ ਫੰਕਸ਼ਨਲ ਯੂਟਿਲਿਟੀ ਇਨ ਡੇਲੀ ਲਾਈਫ ਇਜ਼ ਟੇਕਨ ਇਨਟੂ ਅਕਾਊਂਟ ਕਿਉਂਕਿ ਜਿਹੜੀ ਇਹ ਗ੍ਰਾਮਰ ਹੈ ਤਾਂ ਦੇਖਿਆ ਇਹਨੇ ਵੀ ਡੇਲੀ ਲਾਈਫ ਦੇ ਵਿੱਚ ਕੰਮ ਆਉਣ ਵਾਲੀ ਹੈ ਰੂਲਸ ਐਂਡ ਫਾਰਮਸ ਆਫ ਗ੍ਰਾਮਰ ਆਰ ਓਵਰ ਐਮਫਸਾਈਜ਼ਡ ਹੁਣ ਜਿਹੜੇ ਦੇ ਰੂਲਸ ਨੇ ਤੇ ਫਾਰਮਸ ਨੇ ਗ੍ਰਾਮਰ ਦੇ ਉਹ ਕਿਨੇ ਓਵਰ ਐਮਫਸਾਈਜ਼ਡ ਨੇ ਇਦੇ ਵਿੱਚ ਕੀ ਹੈ only practical and useful aspects are taught ਮੀਨ ਜਿਹੜੇ ਪ੍ਰੈਕਟੀਕਲ ਤੇ ਯੂਸਫੁਲ ਅਸਪੈਕਟਸ ਨੇ ਉਹੀ ਪੜ੍ਹਾਏ ਜਾਂਦੇ ਆ ਇੱਥੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਰੂਲਸ ਤੇ ਫਾਰਮਸ ਦੇ ਉੱਪਰ as it emphasizes rule and theoretical aspect only so it follows deductive approach ਹੁਣ ਜਿਹੜੀ ਫਾਰਮਲ ਗ੍ਰਾਮਰ ਹੈ ਇਹ ਸਿਰਫ ਜਿਹੜੀ ਡਿਟੈਕਟਿਵ ਅਪਰੋਚ ਹੈ ਉਹਨੂੰ ਇਹ ਫਾਲੋ ਕਰਦੀ ਹੈ जिमे के टीचिंग रूल्स एंड डेफिनेशन फर्स्ट फॉलोड बाय एग्जांपल्स ਹੁਣ ਜਿਹੜੇ ਫੰਕਸ਼ਨਲ ਗ੍ਰਾਮਰ ਹੈ ਬੀਇੰਗ ਫੰਕਸ਼ਨਲ ਇਨ ਨੇਚਰ ਥਿਸ ਟਾਈਪ ਫਾਲੋਸ ਇੰਡਕਟਿਵ ਅਪਰੋਚ ਇਹ ਇੰਡਕਟਿਵ ਅਪਰੋਚ ਨੂੰ ਫਾਲੋ ਕਰਦੀ ਹੈ ਫਰਸਟ ਗਿਵਿੰਗ एग्जांपल्स ਇਹਦੇ ਵਿੱਚ ਪਹਿਲਾ एग्जांपल्स ਦਿੱਤੇ ਜਾਂਦੇ ਨੇ ਐਂਡ ਦੈਨ ਇਨਕਲੂਡਿੰਗ ਰੂਲਸ অর ਜਨਰਲਾਈਜੇਸ਼ਨਸ ਫਰੋਮ ਦੈਮ ਜਿਹੜੀ ਫਾਰਮਲ ਹੈ ਉਹਦੇ ਵਿੱਚ ਜਿਹੜੇ ਪਹਿਲਾਂ ਨੇ ਉਹ ਰੂਲਸ ਦੱਸੇ ਜਾਂਦੇ ਨੇ ਥਿਸ ਇਜ਼ ਜਸਟ ਅ 멘ਟਲ ਐਕਸਰਸਾਈਜ਼ ਇਨ ਵਿੱਚ ਮੋਸਟ ਆਫ ਦਾ ਥਿੰਗਸ ਆਰ ਐਬਸਟ੍ਰੈਕਟ ਹੁਣ ਇੱਕ ਜਿਹੜੀ 멘ਟਲ ਐਕਸਰਸਾਈਜ਼ ਦੀ ਤਰ੍ਹਾਂ ਹੀ ਹੁੰਦੀ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਐਬਸਟ੍ਰੈਕਟ ਰਹਿੰਦੀਆਂ ਨੇ ਫੰਕਸ਼ਨਲ ਗ੍ਰਾਮਰ ਇਜ਼ ਆਫ ਕੰਕ੍ਰੀਟ ਨੇਚਰ ਡਿਊ ਟੂ ਇਟਸ ਇਮੀਡੀਏਟ ਐਪਲੀਕੇਬਿਲਟੀ ਇਨ ਸਪੀਚ ਰੀਡਿੰਗ ਐਂਡ ਰਾਈਟਿੰਗ ਇਹਦੇ ਵਿੱਚ ਕੀ ਹੈ ਇਹ ਐਬਸਟ੍ਰੈਕਟ ਮਿੰਜ ਜੀਨੋ ਸੇ ਬਹੁਤ ਸਾਰੇ ਇਸ ਤਰ੍ਹਾਂ ਦੇ ਪੱਖ ਨੇ ਜਿਨ੍ਹਾਂ ਨੂੰ ਟੱਚ ਨਹੀਂ ਕਰਦੇ ਉਹਨਾਂ ਨੂੰ ਨਹੀਂ ਦੇਖ ਸਕਦੇ ਬਟ ਇਹਦੇ ਵਿੱਚ ਸਾਰੇ ਹੀ ਜਿਹੜੇ ਪੱਖ ਨੇ ਉਹਨਾਂ ਨੂੰ ਟੱਚ ਕੀਤਾ ਜਾਂਦਾ ਜਿਵੇਂ ਕਿ ਸਪੀਚ ਰੀਡਿੰਗ ਤੇ ਰਾਈਟਿੰਗ ਵਗੈਰਾ ਵੀ ਬੀਇੰਗ ਟਾਟ ਫਾਰਮਲੀ ਇਟ ਪ੍ਰੂਵਜ਼ ਟੂ ਬੀ ਡਿਫਿਕਲਟ ਐਂਡ ਮਨਟਨਸ ਹੁਣ ਜਦੋਂ ਇਹਨੂੰ ਫਾਰਮਲੀ ਟੀਚ ਕੀਤਾ ਜਾਂਦਾ ਤਾਂ ਇਹ ਬਹੁਤ ਡਿਫਿਕਲਟ ਲੱਗਦਾ ਬੀਇੰਗ ਟਾਟ ਇਨਸਟੈਂਟਲੀ in an informal way it proves to be interesting resulting in automatic learning hun eh kiya interesting ban jandi hai te jehde bacche ne ohna da learning de vich jehda interest ho create hunda result ehe hunda jadon asi functional grammar nu sikhaunde ha rules of grammars are consciously memorized by the pupils hun jehde bacche ne ohna de dwara eh ਮੈਮੋਰਾਇਜ਼ ਕੀਤੇ ਜਾਂਦੇ ਨੇ ਯਾਦ ਕੀਤੇ ਜਾਂਦੇ ਨੇ ਗ੍ਰਾਮਰ ਰੂਲਸ ਆਰ ਨੋਟ ਮੈਮੋਰਾਇਜ਼ਡ ਬਟ ਅਕਵਾਇਰਡ ਥਰੂ ਇਮਿਟੇਸ਼ਨ ਐਂਡ ਪ੍ਰੈਕਟਿਸ ਹੁਣ ਜਿਹੜੀ ਫੰਕਸ਼ਨਲ ਗ੍ਰਾਮਰ ਹੈ ਇਹਦੇ ਵਿੱਚ ਬੱਚੇ ਰੂਲਸ ਨੂੰ ਰੱਟਾ ਨਹੀਂ ਲਗਾਉਂਦੇ ਯਾਦ ਨਹੀਂ ਕਰਦੇ ਬਟ ਉਹਨਾਂ ਨੂੰ ਪ੍ਰੈਕਟਿਸ ਤੇ ਇਮਿਟੇਸ਼ਨ ਦੇ ਨਾਲ ਨਕਲ ਦੇ ਨਾਲ ਜਿਹਨੂੰ ਅਸੀਂ ਕਹਿੰਦੇ ਆ ਵੀ ਇੱਕ ਦੂਸਰੇ ਤੋਂ ਸਿੱਖਣਾ ਉਹਦੇ ਅਕੋਰਡਿੰਗ ਇਹਨੂੰ ਸਿੱਖਦੇ ਨੇ it is less helpful to peoples being theoretical ਇਹੇ ਥਿਉਰੈਟਿਕਲ ਹੋਣ ਦੇ ਕਰਕੇ ਬੱਚਿਆਂ ਦੇ ਲਈ ਜਿਹੜੀ ਬਹੁਤੀ ਜ਼ਿਆਦਾ ਹੈਲਪਫੁਲ ਆ ਨਹੀਂ ਹੁੰਦੀ ਇਟਸ ਹਾਈਲੀ ਯੂਸਫੁਲ ਬੀਇੰਗ ਪ੍ਰੈਕਟੀਕਲ ਇਹਦੇ ਵਿੱਚ ਜ਼ਿਆਦਾ ਪ੍ਰੈਕਟੀਕਲ ਹੁੰਦਾ ਇਸ ਕਰਕੇ ਬੱਚਿਆਂ ਦੇ ਲਈ ਜ਼ਿਆਦਾ ਯੂਸਫੁਲ ਹੁੰਦੀ ਹੈ ਇਟ ਇਨਕਰੀਜ਼ਸ ਰੂਟ ਮੈਮੋਰੀਜੇਸ਼ਨ ਆਫ ਥਿਉਰੀ ਆਫ ਲੈਂਗੁਏਜ ਹੁਣ ਇਹ ਬੱਚੇ ਕੀ ਕਰਦੇ ਆ ਜ਼ਿਆਦਾ ਇਹਨੂੰ ਜ਼ੋਰ ਦਿੱਤਾ ਜਾਂਦਾ ਕਿ ਤੁਸੀਂ ਇਹਨੂੰ ਯਾਦ ਕਰਨਾ ਹੈ ਮੈਮੋਰਾਇਜ਼ ਕਰਨਾ ਹੈ ਕਿਸੇ ਚੀਜ਼ ਨੂੰ ਥਿਉਰੀ ਆਫ ਲੈਂਗੁਏਜ ਨੂੰ ਇਟ ਰਿਜ਼ਲਟਸ ਇਨ ਨੈਚੁਰਲ ਅਕਵੀਸ਼ਨ ਆਫ ਕਰੈਕਟ ਪੈਟਰਨਸ ਆਫ ਲੈਂਗੁਏਜ ਵਿਦਾਊਟ ਦਾ ਹੈਲਪ ਆਫ ਰੂਟ ਮੈਮਰੀ ਹੁਣ ਇਹਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਜਿਹੜੀ ਕ੍ਰੈਮਿੰਗ ਕਹੋ ਜਾਂ ਮੈਮੋਰਾਇਜ਼ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਇਹਦੇ ਵਿੱਚ ਬੱਚੇ ਕਿਵੇਂ ਕਰਦੇ ਆ ਜਿਹੜੇ கரੈਕਟ ਪੈਟਰਨਸ ਨੇ ਉਹਨਾਂ ਨੂੰ ਲੈਂਗੁਏਜ ਦੇ ਨੇ ਜਿਹੜੇ ਉਹਨਾਂ ਨੂੰ ਨੇਚਰਲੀ ਉਹ ਸਿੱਖਦੇ ਨੇ ਐਵਰੀ ਟੀਚਰ ਕੈਨ ਟੀਚ ਇਟ ਜਸਟ ਬਾਈ ਕਰੈਮਿੰਗ ਰੂਲਸ ਹੁਣ ਹਰੇਕ ਟੀਚਰ ਇਹਨੂੰ ਸਿਖਾ ਸਕਦਾ ਹੈ ਕਿਸ ਤਰੀਕੇ ਨਾਲ ਕਿ ਤੁਸੀਂ ਜਿਹੜੇ ਇਹਦੇ ਰੂਲਸ ਨੇ ਉਹਨਾਂ ਨੂੰ ਕਰੈਮ ਕਰਨਾ ਹੈ ਰੱਟਾ ਲਗਾਉਣਾ ਹੈ ਯਾਦ ਕਰਨਾ ਹੈ ਬਟ ਇਨ ਫੰਕਸ਼ਨਲ ਗ੍ਰਾਮਰ ਇਟਸ ਟੀਚਰ ਸ਼ੁੱਡ ਬੀ ਐਨ ਐਕਸਪਰਟ ਹੈਵਿੰਗ ਫੁੱਲ ਇਨਸਾਈਟ ਇਨਟੂ ਦਾ ਗ੍ਰਾਮਰ ਮਨ ਜਿਹੜਾ ਟੀਚਰ ਹੈ ਉਹ ਖੁਦ ਜਿਹੜਾ ਐਕਸਪਰਟ ਉਹ ਹੋਣਾ ਚਾਹੀਦਾ ਤੇ ਉਹਨੂੰ ਗ੍ਰਾਮਰ ਬਾਰੇ ਜਿਹੜੀ ਪੂਰੀ ਨੋਲੇਜ ਹੈ ਉਹ ਹੋਣੀ ਚਾਹੀਦੀ ਹੈ ਐਸ ਮੋਸਟ ਆਫ ਦਾ ਥਿੰਗਸ ਆਰ ਜਸਟ ਡਿਕਟੇਟਡ ਵਿਦਆਊਟ ਐਨ ਯੂਟਿਲਿਟੀ ਭੁਨੇ ਤੇ ਬਹੁਤ ਸਾਰੀ ਚੀਜ਼ਾਂ ਐਵੇਂ ਦੀ ਹੁੰਦੀਆਂ ਨੇ ਜਿਨ੍ਹਾਂ ਦੀ ਕੋਈ ਯੂਟਿਲਿਟੀ ਵੀ ਨਹੀਂ ਹੁੰਦੀ ਉਹਨਾਂ ਨੂੰ ਵੀ ਡਿਕਟੇਟ ਕੀਤਾ ਜਾਂਦਾ ਦੱਸਿਆ ਜਾਂਦਾ ਇਟ ਰਿਜ਼ਲਟਸ ਇਨ ਪੈਸਿਵ ਲਰਨਿੰਗ ਬਾਈ ਪਿਪਲਸ ਤੇ ਜਦੋਂ ਬੱਚੇ ਨੇ ਇਹਨਾਂ ਨੂੰ ਉਹ ਗੱਲਾਂ ਦੱਸੀਆਂ ਜਾਂਦੀਆਂ ਨੇ ਜਿਨ੍ਹਾਂ ਦੀ ਜ਼ਰੂਰਤ ਨਹੀਂ ਤਾਂ ਬੱਚੇ ਪੈਸਿਵ ਹੋ ਜਾਂਦੇ ਨੇ during learning being inductive in approach people play major role in drawing generalizations hun jede bachche ne khud jinne generalizations nu draw karde ne so it's result in active learning by them ke jede bachche ho is vich active hoke sikhde ha dear students is video de vich sirf inna hi thanks for watching